ਦੇ ਵਿੱਚ ਬੜੇ ਹੀ ਧੂਮਧਾਮ ਤੇ ਸ਼ਰਧਾ ਦੇ ਨਾਲ ਮਨਾਏ ਜਾ ਰਹੇ ਨੇ। ਮੈਂ ਜਿਸ ਜਗ੍ਹਾ ਤੇ ਖੜਾ ਹਾਂ ਇਹ ਹੈ ਕੌਂਸੂ ਦੀ ਕੁੜੀ ਅਮਲੋ ਰੋਡ, ਸਵਾਮੀ ਸਰਧਾਨੰਦ ਜੀ ਮਹਾਰਾਜ ਜਿਹੜੇ ਹੈ ਹਰ ਸਾਲ ਇੱਥੇ ਬਹੁਤ ਹੀ ਪਾਵਨ ਤਿਉਹਾਰ ਮਨਾਇਆ ਜਾਂਦਾ ਹੈ, ਗੁਰਪੁਰਬਾਂ ਮਨਾਇਆ ਜਾਂਦਾ ਹੈ। ਬੜੀ ਸੰਖਿਆ ਦੇ ਵਿੱਚ ਸ਼ਰਧਾਲੂ ਜਿਹੜੇ ਨੇ ਇੱਥੇ ਸਾਡੇ ਘਰ ਆਉਂਦੇ ਨੇ, ਪਰ ਕੋਰੋਨਾ ਕਾਰਨ ਜਿਹੜਾ ਹੈ ਇੱਕ ਆਦੇਸ਼ ਦਿੱਤਾ ਗਿਆ ਕਿ ਜ਼ਿਆਦਾ ਇਕੱਠ ਨਹੀਂ ਕਰਨਾ, ਮਾਸਕ ਤੋਂ ਬਗੈਰ ਨਹੀਂ ਆਉਣਾ, ਉਹਦੇ ਨਿਯਮਾਂ ਦੀਆਂ ਜਿਹੜੀਆਂ ਨੇ ਪਾਲਣਾ ਕੀਤੀਆਂ ਜਾ ਰਹੀਆਂ ਨੇ। ਦੇਖ ਲਓ ਵੀ ਸਵਾਮੀ ਸਰਧਾਨੰਦ ਜੀ ਮਹਾਰਾਜ ਜੀ ਜਿਹੜੇ ਹੈ ਕੁਰਸੀ ਦੇ ਬਿਰਾਜਮਾਨ ਨੇ, ਸਿੰਘਾਸਨ ਦੇ ਬਿਰਾਜਮਾਨ ਨੇ, ਭਗਤ ਇੱਕ ਇੱਕ ਕਰਕੇ